ਤੇ ਜਦੋਂ ਸਮਾਗਮ ਅਸੀਂ ਲੀਕਿਆ ਡੇਟ ਰੱਖੀ ਤੇ ਕਈਆਂ ਨੇ ਇਹ ਸੋਚਿਆ ਗਰਮੀ ਬਹੁਤ ਹੈ, ਕਈ ਕਹਿੰਦੇ ਜੀਰੀ ਲੱਗਣ ਲੱਗ ਜਾਣੀ ਹੈ। ਮੈਂ ਕਿਹਾ ਵੇਖਣਾ ਇਹ ਹੈ ਵੀ ਕਿੰਨਿਆਂ ਨੂੰ ਕੰਮ ਨਾਲ ਪਿਆਰ ਹੈ ਤੇ ਕਿੰਨਿਆਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਪਿਆਰ ਹੈ। ਗੱਜ ਕੇ ਆਖੋ ਜੈ ਗੁਰੂ ਦੇਵ, ਧੰਨ ਗੁਰੂ ਦੇਵ। ਤੇ ਸਾਧ ਸੰਗਤ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਕੰਮ ਨੂੰ ਵੀ ਤਰਜੀਹ ਦਿੱਤੀ ਹੈ। ਸ਼ਰਮ ਕੋਈ ਸਿਰਜਾਨ ਕਰ ਜੋ ਪੂਜਿਆ ਦਿਨ ਰਹਿ, ਕੰਮ ਵੀ ਬੜਾ ਜ਼ਰੂਰੀ ਹੈ ਤੇ ਸਾਧ ਸੰਗਤ ਜੀ ਆਪਣੇ ਆਪ ਨੂੰ ਮੈਨਟੇਨ ਰੱਖਣਾ ਵੀ ਬੜਾ ਜ਼ਰੂਰੀ ਹੈ। ਆਪਣੇ ਆਪ ਨੂੰ ਸਤਿ ਸੰਗਤ ਜੀ ਸਤਿਗੁਰੂ ਜੀ ਨਾਲ ਜੋੜਨਾ, ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਉਹਨਾਂ ਦੇ ਵਿਚਾਰਾਂ ਨਾਲ ਜੋੜਨਾ ਬੜਾ ਜ਼ਰੂਰੀ ਹੈ। ਅਤੇ ਸਤਿ ਸੰਗਤ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਅੰਦਰ ਲਗਭਗ ਸਤਿ ਸੰਗਤ ਜੀ 8 ਯਾਤਰਾਵਾਂ ਕੀਤੀਆਂ। 8 ਯਾਤਰਾ 8 ਯਾਤਰਾਵਾਂ ਉਹਨਾਂ ਨੇ ਆਪਣੇ ਜੀਵਨ ਅੰਦਰ ਕੀਤੀਆਂ। ਰੂਪ ਲਾਲ ਰੂਪ ਉਹ ਲਿਖਦੇ ਹੈ, ਉਹਨਾਂ ਨੇ ਪੂਰਾ ਇਤਿਹਾਸ ਲਿਖਿਆ, ਉਹ ਕਿੱਥੇ ਕਿੱਥੇ ਗਏ ਉਹਨਾਂ ਨੇ ਸਾਰਾ ਵੇਰਵਾ ਦੱਸਿਆ ਉਹਨੇ ਆਪਣੀ ਕਿਤਾਬ ਦੇ ਅੰਦਰ। ਤੇ ਸਾਧ ਸੰਗਤ ਜੀ ਉਹ 8 ਯਾਤਰਾਵਾਂ ਦੇ ਅੰਦਰ ਗੁਰੂ ਰਵਿਦਾਸ ਜੀ ਮਹਾਰਾਜ ਸਾਧ ਸੰਗਤ ਜੀ ਇਕੱਲੇ ਬਨਾਰਸ ਨਹੀਂ ਦੁਨੀਆਂ ਦੇ ਹਰ ਕੋਨੇ ਦੀ ਯਾਤਰਾ ਉਹਨਾਂ ਨੇ ਕੀਤੀ। ਕਿਸ ਲਈ? ਇਹ ਨਹੀਂ ਕਿ ਇਕੱਲਾ ਉਹਨਾਂ ਨੇ ਸਾਡਾ ਭਲਾ ਕੀਤਾ, ਜੋ ਉਹਨਾਂ ਨੂੰ ਲੱਗਿਆ ਜਿੱਥੇ ਉਹਨਾਂ ਨੂੰ ਲੱਗਿਆ ਕਿ ਮਜ਼ਲੂਮਾਂ ਉੱਤਰ ਗਰੀਬਾਂ ਉੱਪਰ ਜ਼ੁਲਮ ਹੋ ਰਿਹਾ ਹੈ, ਸਾਧ ਸੰਗਤ ਜੀ ਉੱਥੇ ਜਾ ਕੇ ਉਹਨਾਂ ਨੇ ਆਪਣੀ ਬਗਾਵਤ ਦਾ ਝੰਡਾ ਗੱਡਿਆ। ਤੇ ਸਾਧ ਸੰਗਤ ਜੀ ਦੁਨੀਆਂ ਦੇ ਲੋਕਾਂ ਨੂੰ ਸੰਦੇਸ਼ ਦਿੱਤਾ, ਜਾਤ ਪਾਤ ਕੇ ਫੇਰ ਮੇ ਉਰਜ ਰਹੇ ਲਬਸ ਉਰਜ ਰਹੇ ਸਭ ਲੋਕ, ਰਵਿਦਾਸ ਮਨੁੱਖਤਾ ਕੋ ਖਾਤ ਹੈ ਜਾਤ ਪਾਤ ਕਰ ਰੋਗ। ਦੁਨੀਆਂ ਨੂੰ ਸੰਦੇਸ਼ ਦਿੱਤਾ ਕਿ ਜਾਤ ਪਾਤ ਦਾ ਜਿਹੜਾ ਭੈੜਾ ਰੋਗ ਹੈ, ਇੱਕ ਰੋਗ ਤੇ ਹੁੰਦਾ ਜਿਹਦਾ ਇਲਾਜ ਹੋ ਸਕੇ, ਇੱਕ ਰੋਗ ਹੁੰਦਾ ਜਿਹਦਾ ਇਲਾਜ ਹੋ ਸਕੇ, ਕੋਈ ਦਵਾ ਦਾਰੂ ਸਾਧ ਸੰਗਤ ਜੀ ਉਹਦਾ ਇਲਾਜ ਕਰ ਸਕੇ। ਪਰ ਇਹੋ ਜਿਹੇ ਕਈ ਰੋਗ ਸੀ ਉਸ ਸਮੇਂ ਜਿਹਨਾਂ ਦਾ ਕੋਈ ਵੀ ਇਲਾਜ ਨਹੀਂ ਸੀ ਹੋ ਸਕਦਾ, ਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ, ਸਤਿਗੁਰੂ ਕਬੀਰ ਸਾਹਿਬ ਜੀ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਜੀਵਨ ਵਿੱਚ ਹੋਕਾ ਲਾਇਆ, ਭਾਈ ਏਕ ਪਿਤਾ ਏਕ ਕਸਕੇ ਹਮ ਮੁਬਾਰਕ ਤੂੰ ਮੇਰਾ ਗੁਰ ਰਹਾਈ ਜੀਓ। ਸਤਿਗੁਰੂ ਸੱਚੇ ਪਾਤਸ਼ਾਹ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਓ ਕੌਣ ਭਲੇ ਕੋ ਮੰਦੇ। ਇੱਕੋ ਨੂਰ, ਮਹਾਰਾਜ ਜੀ ਕਹਿੰਦੇ ਇੱਕੋ ਜੋਤ ਦਾ ਪ੍ਰਕਾਸ਼ ਹੈ ਭਾਈ ਸਾਰੇ ਅੰਦਰ। ਜਦੋਂ ਮਹਾਰਾਜ ਜੀ ਦਾ ਸ਼ਬਦ ਪੜ੍ਹਦੇ ਆ, ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾਡੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਸਤਿਗੁਰੂ ਰਵਿਦਾਸ ਜੀ ਮਹਾਰਾਜ ਕਹਿੰਦੇ ਆ ਭਾਈ ਸਾਰਿਆਂ ਦੇ ਅੰਦਰ
ਸਾਰਿਆਂ ਦੇ ਅੰਦਰ ਕਹਿੰਦੇ ਇੱਕੋ ਹੀ ਮਾਸ ਹੈ, ਇੱਕੋ ਹੀ ਖੂਨ ਹੈ, ਇੱਕੋ ਹੀ ਰੱਤ ਹੈ, ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਪ੍ਰਕਾਸ਼ ਹੈ। ਤੇ ਸਤ ਸੰਗਤ ਜੀ, ਸਤਿਗੁਰੂ ਰਵਿਦਾਸ, ਸਤਿਗੁਰੂ ਕਬੀਰ ਸਾਹਿਬ ਜੀ ਕਹਿੰਦੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਓ ਕੌਣ ਭਲੇ ਕੋ ਮੰਦੇ। ਜਾਤ ਪਾਤ ਨੂੰ ਛੱਡ ਕੇ ਮਹਾਰਾਜ ਜੀ ਕਹਿੰਦੇ ਭਾਈ ਆਪਣਾ ਜਾਤ ਪਾਤ ਨੂੰ ਛੱਡ ਕੇ ਆਪਣੇ ਆਪ ਨੂੰ ਪਹਿਚਾਣੋ, ਸਾਰੇ ਉਸ ਮਾਲਕ ਦੇ ਬੰਦੇ ਆ, ਸਾਰੇ ਉਸ ਕੁਦਰਤ ਦੇ ਬੰਦੇ ਆ, ਕੋਈ ਛੋਟਾ ਵੱਡਾ ਨਹੀਂ। ਤੇ ਸਤ ਸੰਗਤ ਜੀ ਨਾਰਾ ਲਾਇਆ ਜਾਤ ਪਾਤ ਕੇ ਫੇਰ ਮੈਂ ਉਰਜ ਰਹੇ ਸਭ ਲੋਕ, ਕਹਿੰਦੇ ਜਾਤ ਪਾਤ ਦਾ ਭੈੜਾ ਰੋਗ ਲੋਕਾਂ ਦੇ ਅੰਦਰੋਂ ਇਨਸਾਨੀਅਤ ਖਤਮ ਕਰ ਗਿਆ। ਤੇ ਜਾਤ ਪਾਤ ਫੈਲਾਉਣ ਵਾਲੇ ਕੌਣ ਆ? ਸਾਡੇ ਵਰਗੇ ਹੀ ਆ ਪਿਆਰੇ। ਉਹ ਕਹਿੰਦਾ ਮੈਂ ਵੱਡਾ ਮੈਂ ਵੱਡਾ, ਪਰ ਸਤ ਸੰਗਤ ਜੀ ਗੁਰੂ ਪਾਤਸ਼ਾਹ ਜੀ ਕਹਿੰਦੇ ਵੱਡੀ ਉਹ ਕੁਦਰਤ ਹੈ। ਇਸੇ ਕਰਕੇ ਜੀਵਨ ਆਪਣੇ ਜੀਵਨ ਕਾਲ ਦੇ ਅੰਦਰ ਅੱਠ ਯਾਤਰਾਵਾਂ ਦੇ ਅੰਦਰ ਉਹਨਾਂ ਨੇ ਵਿਦਿਆ ਦਾ ਸੰਦੇਸ਼ ਦਿੱਤਾ, ਪੜ੍ਹਾਈ ਦਾ ਸੰਦੇਸ਼ ਦਿੱਤਾ, ਕੁਦਰਤ ਨਾਲ ਪਿਆਰ ਕਰਨ ਦਾ ਸੰਦੇਸ਼ ਦਿੱਤਾ, ਆਪਸ ਵਿੱਚ ਭਾਈਚਾਰਾ ਬਣਾਉਣ ਦਾ ਸੰਦੇਸ਼ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ, ਜਾਤ ਕਾ ਗਰਭ ਨਾ ਕੀਜੈ ਮੂਰਖ ਗਵਾਰਾ। ਸਤ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੀਏ, ਮਹਾਰਾਜ ਜੀ ਕਹਿੰਦੇ ਸਭ ਤੋਂ ਬੁਰਾ ਜਿਹੜਾ ਗਰਭ ਹੈ ਉਹ ਜਾਤ ਦਾ ਹੈ। ਜਾਤ ਕਾ ਗਰਭ ਨਾ ਕੀਜੈ ਮੂਰਖ ਗਵਾਰਾ। ਮਹਾਰਾਜ ਜੀ ਕਹਿੰਦੇ ਮੂਰਖ ਬੰਦੇ ਤੇਰੀ ਔਕਾਤ ਕੀ ਹੈ? ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰੱਖਿਓ ਨਾਮ। ਮਹਾਰਾਜ ਜੀ ਕਹਿੰਦੇ ਮਿੱਟੀ ਦਾ ਪੂਤਲਾ, ਇਸ ਤੋਂ ਵੱਡੀ ਕੋਈ ਔਕਾਤ ਨਹੀਂ ਤੇਰੀ, ਇਸ ਤੋਂ ਵੱਡੀ ਕੋਈ ਔਕਾਤ ਨਹੀਂ। ਤੇ ਇਸੇ ਕਰਕੇ ਕਿਸੇ ਚੀਜ਼ ਦਾ ਗਰਭ ਨਾ ਕਰ, ਕਿਸੇ ਚੀਜ਼ ਦਾ ਗਰਵ ਕਰਨ ਦੀ ਲੋੜ ਨਹੀਂ। ਗਰਵ ਇਹ ਕਰ ਆਪਣੇ ਅੰਦਰ ਕਿ ਜ਼ਿੰਦਗੀ 'ਚ ਕਿੰਨੇ ਕੰਮ ਚੰਗੇ ਕੀਤੇ ਆ ਤੂੰ। ਮਹਾਰਾਜ ਜੀ ਦਾ ਬਚਨ ਪੜਿਆ ਨਾ ਕਿ ਦੁਰਮਤ ਕਾ ਤਿਆਗ ਕਰੋ, ਬੁਰਾਈਆਂ ਦਾ ਤਿਆਗ ਕਰ ਦਿਓ, ਲਿਹੋ ਗੁਰਮਤ ਖੋਜ। ਮਹਾਰਾਜ ਜੀ ਕਹਿੰਦੇ ਗੁਰੂ ਦੀ ਸੰਗਤ ਖੋਜੋ, ਬੁਰਾਈਆਂ ਦਾ ਤਿਆਗ ਕਰੋ। ਪਰ ਅਸੀਂ ਬੁਰਾਈਆਂ ਜ਼ਿਆਦਾ ਕਰ ਰਹੇ ਹਾਂ, ਗੁਰੂ ਦੀ ਸੰਗਤ ਘੱਟ ਕਰ ਰਹੇ ਹਾਂ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਫਿਰ ਕਹਿ ਦਿਆਂ ਪਿਆਰਿਓ, ਇਹ ਜਿਹੜੀ ਬਾਹਰਲੀ ਗਰਮੀ ਇਹਦਾ ਇਲਾਜ ਹੋ ਜਾਏਗਾ। ਜਿਹੜਾ ਅੰਦਰ ਹੰਕਾਰ ਹੈ, ਹੰਕਾਰ ਦੇ ਕਿੱਲੇ ਆ ਸਾਡੇ ਅੰਦਰ, ਉਹਨਾਂ ਦਾ ਇਲਾਜ ਨਹੀਂ ਹੋ ਸਕਦਾ। ਵੱਡੇ ਵੱਡੇ ਟਿੱਬੇ ਢਹਿ ਗਏ ਪਿਆਰਿਓ, ਟਿੱਬਿਆਂ ਨੂੰ ਵੀ ਵਿਛਣਾ ਪੈ ਗਿਆ। ਇਸੇ ਕਰਕੇ ਮਹਾਰਾਜ ਜੀ ਨੇ ਕਿਹਾ ਜਾਤ ਕਾ ਗਰਵ ਨਾ ਕੀਜੈ ਮੂਰਖ ਗਵਾਰਾ, ਦੁਰਮਤ ਕਾ ਲੇਹੋ। ਮਹਾਰਾਜ ਜੀ ਕਹਿੰਦੇ ਦੁਰਮਤ ਕਾ ਤਿਆਗ ਕਰੋ, ਲੇਹੋ ਗੁਰਮਤ ਖੋਜ। ਮਾੜਿਆਂ ਦਾ ਸੰਗ ਛੱਡ ਦੇ ਮਨਾ, ਇਹ ਡੋਬ ਦਿੰਦਾ, ਬੰਦਾ ਆਪ ਨਹੀਂ ਡੁੱਬਦਾ। ਸਤ ਸੰਗਤ ਜੀ ਮਾੜਿਆਂ ਦਾ ਸੰਗ ਉਸ ਬੰਦੇ ਨੂੰ ਡੋਬ ਦਿੰਦਾ। ਅੱਜ ਵੱਡੀ ਗਿਣਤੀ ਦੇ ਅੰਦਰ ਸਤ ਸੰਗਤ ਜੀ, ਆਪ ਸਭ ਸੰਗਤਾਂ, ਸਤਿਗੁਰੂ ਧੰਨ ਗੁਰੂ ਰਵਿਦਾਸ ਜੀ ਮਹਾਰਾਜ, ਉਹਨਾਂ ਦੀ ਪਾਵਨ ਅੰਮ੍ਰਿਤ ਬਾਣੀ ਦੇ ਦਰਸ਼ਨ ਕਰਨ। ਪਰ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਦਾ ਜਿਹੜਾ ਅੰਮ੍ਰਿਤ ਹੈ, ਬਾਣੀ ਦਾ ਜਿਹੜਾ ਸੁੰਮ ਹੈ, ਦੁਨੀਆਂ ਦੇ ਲੱਖਾਂ ਪਦਾਰਥ ਖਾ ਲਿਓ, ਜੋ ਆਨੰਦ ਬਾਣੀ ਸੁਣ ਕੇ ਆਏਗਾ, ਬਾਣੀ ਪੜ੍ਹ ਕੇ ਆਏਗਾ, ਸਤ ਸੰਗਤ ਜੀ ਉਹ ਆਨੰਦ ਹੋਰ ਕਿਤੋਂ ਨਹੀਂ ਆ ਸਕਦਾ। ਇਸੇ ਕਰਕੇ ਜਿੰਨੇ ਵੀ ਗੁਰੂ ਸਾਹਿਬਾਨ, ਗੁਰੂ ਪਿਆਰੇ ਸਤ ਸੰਗਤ ਜੀ ਆਏ, ਉਹਨਾਂ ਨੇ ਮਾਨਵਤਾ ਦੇ ਭਲੇ ਲਈ ਗੱਲ ਕੀਤੀ। ਪਰ ਮਾਫ ਕਰਨਾ, ਧਰਮਾਂ 'ਚ ਵੰਡੀ ਗਈ ਮਾਨਵਤਾ, ਜਾਤਾਂ 'ਚ ਵੰਡੀ ਗਈ ਮਾਨਵਤਾ। ਮਹਾਰਾਜ ਜੀ ਕਹਿੰਦੇ ਰਵਿਦਾਸ ਮਨੁੱਖਤਾ ਕੋ ਖਾਤ ਹੈ, ਜਾਤ ਪਾਤ ਕਰ ਰੋਗ, ਜਾਤਾਂ ਦਾ ਰੋਗ ਮਹਾਰਾਜ ਜੀ ਕਹਿੰਦੇ ਮਨੁੱਖਤਾ ਨੂੰ ਖਾ ਗਿਆ। ਆਓ
ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਆ, ਕਿਰਪਾ ਕਰਕੇ ਨਾਲ ਨਾਲ ਸਾਰੀ ਸੰਗਤ ਬੋਲਣ ਦੀ ਕਿਰਪਾਲਤਾ ਕਰੋ। ਦੁਰਮਤ ਕਾ ਤਿਆਗ ਕਰੋ, ਲੇਹੋ ਗੁਰਮਤ ਖੋ, ਦੁਰਮਤ ਕਾ ਤਿਆਗ ਕਰੋ, ਲੇਹੋ ਗੁਰਮਤ ਖੋ, ਖੋਟਨ ਕੀ ਸੰਗਤ ਜੋ ਕਿਉਂ ਸਿਰ ਪਰ ਠਾਵੋ ਬੋ, ਮਾੜਿਆਂ ਦਾ ਸੰਗ ਛੱਡ ਕੇ ਮਨਾ ਸਤਿਗੁਰ ਦੇ ਲੜ ਲੱਗ ਜਾ, ਮਾੜਿਆਂ ਦਾ ਸੰਗ ਛੱਡ ਕੇ ਮਨਾ ਸਤਿਗੁਰ ਦੇ ਲੜ ਲੱਗ ਜਾ, ਮਾੜਿਆਂ ਦਾ ਸੰਗ ਛੱਡ ਕੇ ਮਨਾ ਸਤਿਗੁਰਾਂ ਦੇ ਲੜ ਲੱਗ ਜਾ, ਮਾੜਿਆਂ ਦਾ ਸੰਗ ਛੱਡ ਕੇ ਗੁਰਾਂ ਦੇ ਲੜ ਲੱਗ ਜਾ, ਮਾੜਿਆਂ ਦਾ ਸੰਗ ਛੱਡ ਕੇ ਮਨਾ ਸਤਿਗੁਰ ਦੇ ਲੜ ਲੱਗ ਜਾ, ਮਾੜਿਆਂ ਦਾ ਸੰਗ ਛੱਡ ਕੇ ਮਨਾ ਸਤਿਗੁਰ ਦੇ ਮਾੜਿਆਂ ਦਾ ਸੰਗ ਛੱਡ ਕੇ ਮਨਾ ਸਤਿਗੁਰ ਦੇ ਲੜ ਲੱਗ ਜਾ, ਮਾੜਿਆਂ ਦਾ ਸੰਗ ਛੱਡ ਕੇ ਮਨਾ ਸਤਿਗੁਰ ਦੇ ਲੜ ਲੱਗ ਜਾ, ਮਾੜਿਆਂ ਦਾ ਸੰਗ ਛੱਡ ਕੇ ਮਨਾ ਸਤਿਗੁਰ ਦੇ ਲੱਗ ਜਾ, ਮਾੜਿਆਂ ਦਾ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਸੰਤ ਬਾਬਾ ਜਗੀਰ ਸਿੰਘ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਪੰਡਾਲ ਵਿੱਚ ਪਹੁੰਚ ਚੁੱਕੇ ਹਨ। ਸੰਗਤ ਸਵਾਗਤ ਕਰਕੇ ਨਾਲ ਦੀ ਨਾਲ ਬੈਠ ਜਾਓ। ਜੀ ਆਇਆ ਨੂੰ, ਜੀ ਆਇਆ ਨੂੰ, 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 ਆਇਆ ਨੂੰ ਜੀ ਆਇਆ ਨੂੰ, ਆਇਆ ਨੂੰ ਜੀ ਆਇਆ, ਆਇਆ ਨੂੰ ਜੀ ਆਇਆ ਨੂੰ, ਆਇਆ ਨੂੰ ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ। ਸੰਗਤ ਬੈਠਣ ਦੀ ਕਿਰਪਾਲਤਾ ਕਰੋ, ਉੱਠਿਆ ਨਾ ਕਰੋ ਭਾਈ, ਸਾਰੇ ਬਹਿ ਜਾਓ। ਸੰਤ ਕੀ ਸੰਗਤ ਸੰਤ ਕਥਾ ਰਸ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ, ਨਾ
ਦਾਤਾ ਮੁਕਤ ਕੋ ਸੰਤ ਜਪਾਵੇ ਨਾ ਜੀ ਨਾਮ ਦਾਤਾ ਮੁਕਤੀ ਦਾ ਸੰਤ ਜਪਾਉਂਦੇ ਸੰਤ ਜਪਾਉਂਦੇ ਤੇਰਾ ਨਾਮ ਜੀ ਨਾਮ ਦਾਤਾ ਮੁਕਤੀ ਦਾ ਸੰਤ ਜਪਾਉਂਦੇ ਤੇਰਾ ਨਾਮ ਜੀ ਨਾਮ ਦਾਤਾ ਮੁਕਤੀ ਦਾ ਸੰਤ ਜਪਾਉਂਦੇ ਤੇਰਾ ਨਾਮ ਜਪਾਉਂਦੇ ਤੇਰਾ ਨਾਮ ਜੀ ਨਾਮ ਦਾਤਾ ਮੁਕਤੀ ਦਾ ਸੰਤ ਜਪਾਉਂਦੇ ਤੇਰਾ ਨਾਮ ਜੀ ਨਾਮ ਦਾਤਾ ਮੁਕਤੀ ਦਾ ਸੰਤ ਜਪਾਉਂਦੇ ਤੇਰਾ ਨਾਮ ਤੇਰਾ ਨਾਮ ਤੇਰਾ ਨਾਮ ਤੇਰਾ ਨਾਮ ਨਾਮ ਤੇਰਾ ਨਾਮ ਮਨਾ ਸਤਿਗੁਰ ਦੇ ਲੜ ਲੱਗ ਜਾ ਮਾੜਿਆਂ ਦਾ ਰੰਗ ਛੱਡ ਕੇ ਮਨਾ ਸਤਿਗੁਰ ਦੇ ਲੜ ਲੱਗ ਜਾ 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 ਬੋਲੋ ਭੈਣੋ ਗੱਜ ਕੇ ਬੋਲੋ ਸਤਿਗੁਰ ਦੇ ਲੜ ਲੱਗ ਜਾ ਸਤਿਗੁਰ ਦੇ ਲੜ ਲੱਗ ਜਾ ਸਤਿਗੁਰ ਦੇ ਲੜ ਲੱਗ ਜਾ ਪਾੜਿਆਂ ਦਾ ਸੰਗ ਛੱਡ ਕੇ ਮਨ ਸਤਿਗੁਰ ਦੇ ਲੜ ਲੱਗ ਜਾ ਪਾੜਿਆਂ ਦਾ ਸੰਗ ਛੱਡ ਕੇ ਮਨ ਸਤਿਗੁਰ ਦੇ ਲੜ ਲੱਗ ਜਾ ਪਾੜਿਆਂ ਦਾ ਸੰਗ ਛੱਡ ਕੇ ਮਨ ਸਤਿਗੁਰ ਦੇ ਲੜ ਲੱਗ